ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਕੇ ਆਏ ਜੀ ਪ੍ਰੋਗਰਾਮ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਾਰੇ ਪਾਸੇ ਰੋਲਾ ਪੈ ਗਿਆ ਜੀ ਇੱਕ ਮਿੰਟ ਹੈ ਕੀ ਉਹ ਕੁਛ ਵੀ ਨਹੀਂ ਇੱਕ ਮਿੰਟ ਤੁਹਾਡਾ ਤੁਸੀਂ ਇੱਕ ਮਿੰਟ ਕੱਢ ਕੇ ਵਿਚਾਰੋ ਸੋਚੋ ਦੇਖੋ ਪਰਖੋ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨਾਲ ਕਿੰਨਾ ਕੁ ਅਤਿਆਚਾਰ ਕਰਦੇ ਪਏ ਹਾਂ ਕਿੰਨੀ ਕੁ ਉਹਨੂੰ ਸਹੀ ਕਹਿ ਲਓ ਕਿ ਇਨਸਾਫ ਕਰਦੇ ਪਏ ਹਾਂ ਸੋ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਨਾ ਕੋਈ ਭਾਸ਼ਾ ਅਸੀਂ ਕਿਸੇ ਨੂੰ ਮਾੜੀ ਨਹੀਂ ਕਹਿੰਦੇ ਪਰ ਜਦੋਂ ਅਸੀਂ ਆਪਣੀ ਹੀ ਭਾਸ਼ਾ ਨੂੰ ਭੁੱਲ ਜਾਂਦੇ ਹਾਂ ਅਤੇ ਹੋਰ ਭਾਸ਼ਾਵਾਂ ਨੂੰ ਮਿਕਸ ਕਰ ਲੈਂਦੇ ਹਾਂ ਉਦੋਂ ਜਿਹੜੀ ਖਿਚੜੀ ਪੱਕਦੀ ਹੈ ਨਾ ਫਿਰ ਬੜਾ ਹਾਸਾ ਆਉਂਦਾ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਹੁੰਚੇ ਜੀ ਸ਼ਹਿਰ ਬ੍ਰਿਸਟਲ ਬ੍ਰਿਸਟਲ ਦੀਆਂ ਸੰਗਤਾਂ ਕਹਿੰਦੀਆਂ ਸਾਡੇ ਕੋ ਆਓ ਜੀ ਅਸੀਂ ਪੰਜਾਬੀ ਬੜੀ ਖਰੀ ਬੋਲਦੇ ਹਾਂ ਇੰਨੀ ਸੋਹਣੀ ਬੋਲਦੇ ਹਾਂ ਰੇ ਰੱਬ ਦਾ ਨਾਂ ਪਰ ਦੇਖਦੇ ਹਾਂ ਜੀ ਪੰਜਾਬੀ ਕਿੰਨੀ ਕੁ ਸੋਹਣੀ ਬੋਲਦੇ ਹਾਂ ਅਤੇ ਕਰਦੇ ਹਾਂ ਗੱਲਬਾਤ ਇੱਥੋਂ ਦੇ ਨੌਜਵਾਨਾਂ ਨਾਲ ਬੀਬੀਆਂ ਨਾਲ ਬਜ਼ੁਰਗਾਂ ਨਾਲ ਭੈਣਾਂ ਨਾਲ ਅਤੇ ਭਰਾਵਾਂ ਦੇ ਨਾਲ ਅਤੇ ਕਰੀਏ ਜੀ ਗੱਲਬਾਤ ਚਲੋ ਜੀ ਫਿਰ ਚੱਲਦੇ ਹਾਂ ਇਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਭਾਈ ਤੁਹਾਨੂੰ ਇੱਕ ਮਿੰਟ ਗੱਲ ਕਰ ਸਕਦੇ ਹਾਂ ਬਿਲਕੁਲ ਗੁੱਸਾ ਤਾਂ ਨਹੀਂ ਕਰੋਗੇ ਨਹੀਂ ਜੀ ਗੁੱਸਾ ਨਹੀਂ ਕਰਦੇ ਪੱਕੀ ਗੱਲ ਆ ਪੱਕੀ ਗੱਲ ਬਿਲਕੁਲ ਪੈਦਾ ਨਾ ਕਿਉਂ ਕਿ ਭਾਜੀ ਨੇ ਗਦੀਗੜ ਚ ਪਾਤਾ ਨਹੀਂ ਜੀ ਸੋ ਵੀਰ ਜੀ ਇੱਕ ਮਿੰਟ ਸ਼ੋਅ ਦੇ ਵਿੱਚ ਗੱਲ ਇੱਦਾਂ ਹੋਣੀ ਆ ਕਿ ਆਪਾਂ ਗੱਲ ਕਰਨੀ ਆ ਪਿਓਰ ਪੰਜਾਬੀ 'ਚ ਨਹੀਂ ਠੇਠ ਪੰਜਾਬੀ ਵਿੱਚ ਮੈਂ ਉਲਝਾਉਣਾ ਪਰ ਤੁਸੀਂ ਮੇਰੇ ਗੱਲਾਂ 'ਚ ਨਹੀਂ ਆਉਣਾ ਕੋਸ਼ਿਸ਼ ਕਰ ਖੇਲ ਦੇ ਤਿੰਨ ਹਿੱਸੇ ਨੇ ਪੰਜਾਬੀ 'ਚ ਗੱਲ ਕਰਨੀ ਆ ਫਿਰ ਪੰਜਾਬੀ ਬਾਰੇ ਗੱਲਾਂ ਬਾਤਾਂ ਹੋਣਗੀਆਂ ਅਤੇ ਤੀਜਾ ਪਾਉਣੀ ਇੱਕ ਛੋਟੀ ਜਿਹੀ ਬੁਝਾਰਤ ਕਰਦੇ ਹਾਂ ਸ਼ੁਰੂ ਜੀ ਕੀ ਨਾਮ ਜੀ ਤੁਹਾਡਾ ਰਾਜੂ ਸਿੰਘ ਰਾਜੂ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਬ੍ਰਿਸਟਲ ਦੇ ਰਹਿਣ ਵਾਲਾ ਔਰ ਵੈਸੇ ਪਿੱਛੋਂ ਇੰਡੀਆ ਤੋਂ ਰਾਜਸਥਾਨ ਤੋਂ ਆਇਆ ਅੱਛਾ ਪਿੱਛੋਂ ਇੰਡੀਆ ਤੋਂ ਮੈਂ ਕਿਹਾ ਭਾਰਤ ਕਹੋਗੇ ਪਹਿਲੇ ਹਿੱਸੇ ਹੀ ਕਾਟੀ ਹੋ ਗਏ ਯਾਰ ਲਓ ਜੀ ਤੁਹਾਡੇ ਲਈ ਸਵਾਲ ਹੈ ਕਿ ਪੰਜਾਬ ਨੂੰ ਪੰਜਾਬ ਕਿਉਂ ਕਹਿੰਦੇ ਨੇ ਪੰਜਾਬ ਪੰਜਾਬ ਨੂੰ ਪੰਜਾਬ ਕਿਉਂ ਕਹਿੰਦੇ ਨੇ ਪੰਜ ਦਰਿਆਵਾਂ ਦੀ ਧਰਤੀ ਹੈ ਇਸ ਲਈ ਪੰਜਾਬ ਕਹਿੰਦੇ ਇਹ ਕਿਹੜੇ ਪੰਜ ਦਰਿਆ ਨੇ ਜੀ ਪੰਜ ਦਰਿਆ ਤਾਂ ਇੱਕ ਦੋ ਪਤਾ ਹੋਏਗਾ ਸ਼ਾਇਦ ਹੱਦ ਹੋ ਗਈ ਆ ਕਈ ਦਰਿਆਵਾਂ 'ਚ ਨਹਾਤੇ ਨਹੀਂ ਲੱਗਦਾ ਨਹੀਂ ਜੀ ਮੈਂ ਪੰਜਾਬ ਦਾ ਹੈ ਨਹੀਂ ਵੈਸੇ ਮੈਂ ਰਾਜਸਥਾਨ ਤੋਂ ਆਇਆ ਚਲੋ ਫਿਰ ਇੱਦਾਂ ਦੱਸ ਦਿਓ ਰਾਜਸਥਾਨ ਵਾਲਿਓ ਪੰਜਾਬ ਦੇ ਕਿਹੜੇ ਦਰਿਆ ਦਾ ਪਾਣੀ ਤੁਹਾਨੂੰ ਆਉਂਦਾ ਰਾਜਸਥਾਨ ਨੂੰ ਮੇਰੇ ਖਿਆਲ ਰਾਵੀ ਦਰਿਆ ਕੁਛ ਆਉਂਦਾ ਹੋਏਗਾ ਇੱਦਾਂ ਨਹੀਂ ਪੰਜਾਬ ਦਾ ਪਾਣੀ ਤਾਂ ਤੁਸੀਂ ਲੈ ਲੈਂਦੇ ਪਰ ਦੱਸਦੇ ਹੈ ਨਹੀਂ ਹੈ ਚਲੋ ਕੋਈ ਗੱਲ ਨਹੀਂ ਜੀ ਸੋ ਤੁਹਾਡੇ ਲਈ ਇੱਕ ਬਜ਼ਾਰਤ ਪਾਉਂਦੇ ਹਾਂ ਬਜ਼ਾਰਤ ਪਤਾ ਕੀ ਹੁੰਦੀ ਆ ਹਾਂਜੀ ਓਕੇ ਤੁਹਾਡੇ ਵਾਸਤੇ ਬਜ਼ਾਰਤ ਹੈ ਜੀ ਜੰਮੇ ਸੀ ਰੋਡ ਉੱਗੇ ਜਾੜ ਲੱਗੇ ਨਿੰਬੂ ਖਿੜੇ ਅਨਾਰ ਦੁਬਾਰਾ ਦੱਸੋ ਨਹੀਂ ਸਮਝ ਇੱਦਾਂ ਨਹੀਂ ਇੱਦਾਂ ਨਹੀਂ ਦੁਬਾਰਾ ਦੱਸਾਂ ਜੀ ਲਓ ਜੀ ਸੰਗਤ ਜੀ ਤੁਸੀਂ ਵੀ ਸੁਣ ਲਓ ਲਾਏ ਰੋਡ ਉੱਗੇ ਜਾੜ ਲੱਗੇ ਨਿੰਬੂ ਖਿੜੇ ਅਨਾਰ ਔਖਾ ਜੀ ਚਲੋ ਜੀ ਇਹਦਾ ਜਵਾਬ ਦੇ ਦਈਏ ਜਵਾਬ ਦੇ ਦਿਓ ਇਹਦਾ ਜਵਾਬ ਤੁਹਾਨੂੰ ਮਿਲੂਗਾ ਜੀ ਦਿਨ ਸ਼ਨੀਵਾਰ ਸ਼ਾਮ ਨੂੰ 5 ਵਜੇ ਸਿੱਖ ਚੈਨਲ ਤੇ ਪ੍ਰੋਗਰਾਮ ਇੱਕ ਮਿੰਟ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਰਦੇ ਹਾਂ ਸ਼ੁਰੂ ਕੀ ਨਾਮ ਜੀ ਤੁਹਾਡਾ ਜੀ ਮੇਰਾ ਨਾਮ ਕਸ਼ਮੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਰਾਜਸਥਾਨ ਤੋਂ ਰਾਜਸਥਾਨ ਤੋਂ ਕਿੰਨੇ ਦਿਨ ਹੋ ਗਏ ਇੱਥੇ ਆਏ ਨੂੰ ਕੋਈ 24 ਕੁ ਸਾਲ ਹੋ ਗਏ 24 ਕੁ ਸਾਲ ਹੋ ਗਏ ਸੋ ਕਿੱਦਾਂ ਆਏ ਸੀ ਇੱਥੇ ਬਸ ਇੱਦਾਂ ਹੀ ਘੁੰਮਣ ਫਿਰਨ ਆਏ ਸੀ ਘੁੰਮਣ ਫਿਰਨ ਆਏ ਸੀਗੇ ਸੋ ਫਿਰ ਇੱਥੇ ਹੁਣ ਕੀ ਕਰਦੇ ਹੋ ਇੱਥੇ ਬਾਅਦ 'ਚ ਵਿਆਹ ਸ਼ਾਦੀ ਹੋ ਗਿਆ ਅਤੇ ਹੁਣ ਹੋ ਗਿਆ ਜੀ ਵਿਆਹ ਸ਼ਾਦੀ ਹੋ ਗਿਆ ਜ਼ਿੰਦਗੀ ਪਾਸ ਕਰ ਰਹੇ ਅੱਛਾ ਜ਼ਿੰਦਗੀ ਪਾਸ ਕਰ ਰਹੇ ਆਪਾਂ ਹੀ ਕਹਿੰਦੇ ਹੋ ਗਿਆ ਮੈਂ ਨਹੀਂ ਕੁਛ ਵੀ ਦੇਖੋ ਹਮਨੇ ਕੁਛ ਨਹੀਂ ਬੋਲਿਆ ਜੋ ਬੋਲਿਆ ਆਪਣੇ ਬੋਲਿਆ ਸਭ ਨੇ ਸੁਣ ਲਿਆ ਲਓ ਜੀ ਸੋ ਹੁਣ ਤੁਹਾਡੇ ਵਾਸਤੇ ਸਵਾਲ ਹੈ ਜੀ ਤੁਸੀਂ ਪੰਜਾਬੀ ਹੋ ਹਾਂਜੀ ਉੜਾੜਾ ਤਾਂ ਆਉਂਦਾ ਹੋਣਾ ਉੜਾੜਾ ਹਾਂਜੀ ਸੁਣਾਓ ਤਾਂ ਜੀ ਅੱਗੇ ਲੱਗੇ ਜਾ ਰਹੇ ਸੁਣਾਓ ਉੜਾ ਐੜਾ ਸੱਸਾ ਹਾਹਾ ਖੱਖਾ ABC ਆਉਂਦੀ ਆ ABC ਪੂਰੀ ਆਉਂਦੀ ਹੈ ਦੇਖਿਆ ਜੀ ਆਹੀ ਗੱਲ ਹੈ ABC ABC ਕਹਿੰਦੇ ਪੂਰੀ ਆਉਂਦੀ ਆ ਊੜਾ ਐੜਾ ABC ਜੋ ਕੱਚੇ ਆ ਗਏ ਆ ਹਾਂਜੀ ਕਿਉਂਕਿ ਸਕੂਲ ਦੇ ਬਾਹਰ ਪੜ੍ਹਦੇ ਰਹੇ ਆ ਅੱਗੇ ਕਦੀ ਬੈਠੇ ਨਹੀਂ ਅਸੀਂ ਅੱਛਾ ਜੀ ਲਓ ਜੀ ਹੁਣ ਤੁਹਾਡੇ ਵਾਸਤੇ ਬੁਝਾਰਤ ਹੈ ਜੀ ਲਾਏ ਰੋਡ ਉੱਗੇ ਜਾੜ ਲੱਗੇ ਨਿੰਬੂ ਖਿੜੇ ਕਿਨਾਰ ਸੋਰੀ ਫਿਰ ਤੋਂ ਬੀਜੇ ਰੋਡ ਜੰਮੇ ਰੋਡ ਮਤਲਬ ਬਾਜ਼ਾਰ ਤੇ ਆ ਨਾ ਤੁਹਾਡੇ ਵਾਸਤੇ ਬਾਜ਼ਾਰ ਤੇ ਤੁਸੀਂ ਇਹ ਬਾਜ਼ਾਰ ਦਾ ਜਵਾਬ ਦੇਣਾ ਬੀਜੇ ਰੋਡ ਉੱਗੇ ਜਾੜ ਲੱਗੇ ਨਿੰਬੂ ਖਿੜੇ ਅਨਾਰ ਤੁਹਾਡੇ ਵਾਸਤੇ ਮੈਂ ਤੁਹਾਨੂੰ ਥੋੜਾ ਲਾਗੇ ਲੈ ਜਾ ਠੀਕ ਹੈ ਹਾਂਜੀ ਉਹਦੇ ਬਿਨਾ ਕੋਈ ਚੀਜ਼ ਨਹੀਂ ਬਣਦੀ ਹਾਂਜੀ ਮਤਲਬ ਉਹਦੇ ਬਿਨਾ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਹੈਗਾ ਅੱਜ ਦੀ ਲਾਈਫ 'ਚ ਗੁਜ਼ਾਰਾ ਨਹੀਂ ਹੈਗਾ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਆ ਸਬਜ਼ੀਆਂ ਨਹੀਂ ਬਣਦੀਆਂ ਇਹ ਮੈਂ ਤੁਹਾਨੂੰ ਲਾਗੇ ਲੈ ਗਿਆ ਹੁਣ ਤੁਸੀਂ ਦੇਖੋ ਤੇਲ ਹੋ ਸਕਦਾ ਫਿਰ ਤੇ ਕੀ ਬਾਤ ਹੈ ਭਾਜੀ ਬਿਲਕੁਲ ਗਲਤ ਜਵਾਬ ਅੱਛਾ ਜੀ
ਸੋ ਇਹਦਾ ਸਹੀ ਜਵਾਬ ਤੁਹਾਨੂੰ ਮਿਲੂਗਾ ਜੀ ਦਿਨ ਸ਼ਨੀਵਾਰ ਸ਼ਾਮ ਨੂੰ 5:30 ਪੂਰੇ 5 ਵਜੇ ਸਿੱਖ ਚੰਦ ਦੇਖਿਓ ਜੀ ਵਾਹਿ ਖਾਲਸਾ ਵਾਹਿ ਫਤਿਹ ਜੀ ਅੰਕਲ ਜੀ ਤੁਹਾਡੇ ਇੱਕ ਮਿੰਟ ਗੱਲ ਕਰ ਸਕਦੇ ਹਾਂ ਜ਼ਰੂਰ ਕਰ ਸਕਦੇ ਹਾਂ ਜੀ ਗੁੱਸਾ ਤਾਂ ਨਹੀਂ ਕਰੋਗੇ ਮੈਂ ਕਿਹਾ ਜਿੰਨਾ ਮਰਜ਼ੀ ਕਰਾਈ ਜਾਓ ਗੁੱਸਾ ਕਿ ਪਿਆਰ ਨਹੀਂ ਪਿਆਰ ਦੀ ਗੱਲ ਹੈ ਗੁੱਸਾ ਤਾਂ ਕਦੇ ਹੋ ਹੀ ਨਹੀਂ ਸਕਦਾ ਸਿੰਘ ਦਾ ਕੀ ਕੰਮ ਹੈ ਗੁੱਸਾ ਹੋ ਜਾਏ ਲਓ ਜੀ ਤੁਹਾਨੂੰ ਪਤਾ ਕਿ ਜੀ ਇੱਕ ਮਿੰਟ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਨਾਲ ਅਸੀਂ ਇੱਕ ਛੋਟੀ ਜਿਹੀ ਖੇਡ ਖੇਲਣੀ ਆ ਇਹਦੇ 3 ਹਿੱਸੇ ਨੇ ਪਹਿਲਾਂ ਤਾਂ ਆਪਾਂ ਪਿਓਰ ਪੰਜਾਬੀ 'ਚ ਨਹੀਂ ਠੇਠ ਪੰਜਾਬੀ 'ਚ ਗੱਲ ਕਰਨੀ ਆ ਅੰਗਰੇਜ਼ੀ ਬਿਲਕੁਲ ਨਹੀਂ ਬੋਲਣੀ ਫਿਰ ਕਰਾਂਗੇ ਥੋੜ੍ਹੀ ਬਹੁਤੀ ਪੰਜਾਬ ਬਾਰੇ ਗੱਲ ਅਤੇ ਫਿਰ ਤੁਹਾਨੂੰ ਪਾਵਾਂਗੇ ਇੱਕ ਛੋਟੀ ਜਿਹੀ ਬਜਾਰਤ ਕਰੀਏ ਜੀ ਸ਼ੁਰੂ ਹਾਂਜੀ ਕੀ ਨਾਮ ਜੀ ਤੁਹਾਡਾ ਸੁਰਜੀਤ ਸਿੰਘ ਬੈਰਿੰਗ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਲੈਸਟਰ ਅਤੇ ਪੰਜਾਬ ਤੋਂ ਜੀ ਕਿੱਥੋਂ ਫਗਵਾੜਾ ਸ਼ਹਿਰ ਸ਼ਹਿਰ ਦਰਵੇਸ਼ ਪਿੰਡ ਅੱਛਾ ਜੀ ਸੋ ਕਿੰਨੀ ਦੇਰ ਹੋ ਗਈ ਜੀ ਤੁਹਾਨੂੰ ਬੁਲਾਇਆ ਤਾਂ ਇਹਨੂੰ ਮੇਰਾ ਖਿਆਲ 25-26 ਸਾਲ ਹੋ ਗਏ 25 ਸਾਲ ਹੋ ਗਏ ਕਿੱਦਾਂ ਆਏ ਸੀ ਜਿੱਥੇ ਇੱਥੇ ਆਏ ਸੀ ਉਹ ਜਿੱਦਾਂ ਸਿਸਟਮ ਜਿਹੜਾ ਹੈਗਾ ਬੀਜੇ ਵਾਲਾ ਅੱਛਾ ਅੰਕਲ ਜੀ ਕਹਿੰਦੇ ਬਣ ਗਈ ਗੱਲ ਅੰਕਲ ਜੀ ਨੇ ਇੰਨੀ ਪਿਆਰ ਨਾਲ ਜਫੀ ਪਾਈ ਮੈਂ ਕਹਿੰਦੇ ਬਲਜਿੰਦਰ ਸਿੰਘ ਫਸ ਗਏ ਸਿਸਟਮ ਦੇ ਵਿੱਚ ਉਹ ਗਿਆ ਤਾਂ ਜਫੀ ਪਾਉਣ ਦਾ ਕੀ ਮਤਲਬ ਮੇਨ ਸੋਰੀ ਮੰਗਣੀ ਹੁੰਦੀ ਕਿਉਂਕਿ ਬੰਦਾ ਜਦੋਂ ਉਖੜ ਗਿਆ ਬੰਦਾ ਮੰਨ ਜਾਵੇ ਮੈਂ ਉਖੜ ਗਿਆ ਚਲੋ ਜੀ ਕੋਈ ਗੱਲ ਨਹੀਂ ਜੀ ਹੁਣ ਕਰਦੇ ਹਾਂ ਪੰਜਾਬ ਬਾਰੇ ਗੱਲ ਪੰਜਾਬ ਨੂੰ ਪੰਜਾਬ ਕਿਉਂ ਕਹਿੰਦੇ ਆ ਪੰਜਾਬ ਨੂੰ ਪੰਜਾਬ ਤਾਂ ਕਹਿੰਦੇ ਆ ਕਿਉਂਕਿ ਇੱਥੇ 5 ਚੀਜ਼ਾਂ ਦਾ ਮੇਲ ਆ ਕਿਹੜੀਆਂ 5 ਚੀਜ਼ਾਂ ਜੀ 5 ਦਰਿਆ ਹਾਂਜੀ ਤਾਂ ਪੰਜਾਬ ਤਾਂ 5 ਦਰਿਆ 5 ਦਰਿਆ ਕਿਹੜੇ ਕਿਹੜੇ ਨੇ ਜੀ ਸਤਲੁਜ ਬਿਆਸ ਚਨਾਹ ਜੇਹਲਮ ਰਾਵੀ ਕੀ ਬਾਤ ਹੈ ਜੀ ਤੁਹਾਡੇ ਲਈ ਹੁਣ ਇੱਕ ਬਜ਼ਾਰਤ ਬਜ਼ਾਰਤ ਹੈ ਜੀ ਸੌਖੀ ਜੀ ਚਲੋ ਕੋਈ ਨਹੀਂ ਆਉਂਦੀ ਹੈ ਜੀ ਫਿਰ ਹੁਣ ਦਿਓ ਬੀਜੇ ਰੋਡ ਜੰਮੇ ਜਾੜ ਲੱਗੇ ਨਿੰਬੂ ਖਿੜੇ ਅਨਾਰ ਇਹ ਸੌਖਾ ਜਿਹਾ ਹੀ ਕੰਮ ਹੈ ਕਿਉਂਕਿ ਆਪਾਂ ਤਾਂ ਬਹੁਤ ਜਾਣਦੇ ਇੱਦਾਂ ਦੀਆਂ ਗੱਲਾਂ ਕਿਉਂਕਿ ਕਪਾਹ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਸਾਡੇ ਅੱਜ ਦੇ ਬੁਝਾਰਤ ਦੇ ਜੇਤੂ ਅੰਕਲ ਮੇਰੇ ਲੈਸਟਰ ਤੋਂ ਜੀ ਸੁਰਜੀਤ ਸਿੰਘ ਬੈਰਿੰਗ ਇਹ ਸੁਰਜੀਤ ਸਿੰਘ ਜੀ ਬੈਰਿੰਗ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਵੀਰ ਜੀ ਇੱਕ ਮਿੰਟ ਸ਼ੋਅ ਤੁਹਾਡਾ ਸਵਾਗਤ ਹੈ ਅਤੇ ਤੁਸੀਂ ਜਿਹੜੀ ਗੱਲਬਾਤ ਕਰਨੀ ਹੈ ਇੱਕ ਖੇਲ ਆ ਖੇਲ ਦੇ 3 ਜਿਹੜੇ ਹਿੱਸੇ ਨੇ ਕਰਦੇ ਹਾਂ ਜੀ ਸ਼ੁਰੂ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਹਿੰਦੁਸਤਾਨ ਰਾਜਸਥਾਨ ਬੀਕਾਨੇਰ ਤੋਂ ਜੀ ਸੋ ਕਿੰਨੀ ਦੇਰ ਹੋ ਗਈ ਇੱਥੇ ਆਇਆਂ ਨੂੰ ਮੈਨੂੰ 2.5 ਸਾਲ ਹੋ ਗਏ ਨੇ ਕੀ ਕਰਦੇ ਹੋ ਮੈਂ ਇੱਥੇ ਕੁਛ ਹੈਗਾ ਵਾਂ ਹਾਂਜੀ ਮੈਂ ਇੱਥੇ ਕੁਛ ਕੰਮ ਕਰਨਾ ਵਾਂ ਕਾਹਦਾ ਕੰਮ ਕਰਦੇ ਹੋ ਮੈਂ ਹੈਗਾ ਵਾਂ ਲਾਈਕ ਟੀਮ ਲੀਡਰ ਪਰ ਲਾਈਕ ਕਿਦਾਂ ਮਤਲਬ ਇਹਨੂੰ ਇੰਗਲਿਸ਼ ਚ ਨਹੀਂ ਮੈਂ ਲਾਈਕ ਕਿਦਾਂ ਮੈਂ ਤੁਸੀਂ ਲਾਈਕ ਕਿਆ ਮੈਂ ਤੁਸੀਂ ਪਰ ਲਾਈਕ ਕਿਆ ਲਾਈਕ ਕਿਦਾਂ ਪਰ ਮੈਂ ਐਜ਼ ਜਿਸ ਤਰ੍ਹਾਂ ਮੈਂ ਕਹਿ ਰਿਹਾ ਵਾਂ ਮੈਂ ਐਜ਼ ਅ ਵੀ ਕਹਿ ਸਕਣਾ ਸਾਂ ਬਟ ਲਾਈਕ ਨਹੀਂ ਕਹਿਣਾ ਚਾਹੀਦਾ ਸੀ ਹਾਂਜੀ ਆ ਜਾਂਦਾ ਐਜ਼ ਅ ਵੀ ਕਹਿ ਸਕਦੇ ਮੈਂ ਨਾ ਹੈ ਨਾ ਚੀਜ਼ ਨੂੰ ਤੁਹਾਨੂੰ ਕਹਿਣਾ ਚਾਹੀਦਾ ਸੀ ਭਾਜੀ ਮੈਂ ਕੰਮ ਕਰਦਾ ਆ ਹਾਂਜੀ ਜਿਵੇਂ ਕਿ ਟੀਮ ਲੀਡਰ ਕਹਿਣਾ ਹੁੰਦਾ ਤਾਂ ਕਹਿਣਾ ਸੀ ਭਾਜੀ ਜਿਹੜੀ ਮੇਰੀ ਮੇਰੇ ਥੱਲੇ ਸੰਗਠਨ ਹੈਗਾ ਮੇਰੇ ਥੱਲੇ ਹਾਂਜੀ ਠੀਕ ਹੈ ਜੀ ਹਾਂਜੀ ਮੈਨੂੰ ਪਤਾ ਹੈ ਪਰ ਮੈਂ ਅੰਦਰ ਵੀ ਨਹੀਂ ਵੜ ਸਕਦਾ ਹੈ ਨਾ ਇੱਦਾਂ ਅੰਦਰ ਵੜਨਾ ਪੈਂਦਾ ਆ ਕਿਉਂਕਿ ਸਾਡੀ ਭਾਸ਼ਾ ਜਿਹੜੀ ਹੈ ਨਾ ਬੜੀ ਮਿੱਠੀ ਅਤੇ ਬੜੀ ਪਿਆਰੀ ਆ ਲਓ ਜੀ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਰਾਜਸਥਾਨ ਤੋਂ ਹਾਂਜੀ ABC ਆਉਂਦੀ ਆ ਹਾਂਜੀ ਆਉਂਦੀ ਹੈ ਊੜਾ ਜਿਹੜਾ ਆਉਂਦਾ ਊੜਾ ਜਿਹੜਾ ਵੀ ਆਉਂਦਾ ਸੁਣਾਓ ਜੀ ਊੜਾ ਹੈ ਜਿਹੜਾ ਏੜੀ ਸੱਸਾ ਹਾ ਹਾ ਕੱਖਾ ਖੱਖਾ ਘੱਗਾ ਘੱਗਾ ਨਿਆਈਆਂ ਨਾ ਸੋਰੀ ਮਾਫ਼ ਕਰਨਾ ਭੁੱਲ ਗਿਆ ਵਾਂ ਦੇਖੋ ਜੀ ਹਮਨੇ ਕੁਛ ਨਹੀਂ ਬੋਲਾ ਜੋ ਬੋਲਾ ਹੈ ਆਪਨੇ ਬੋਲਾ ਔਰ ਸਭ ਨੇ ਨਾ ਯੂਜ਼ ਕਰੋ ਹੁਣ ਅਰੇ ਭਾਈ ਇਹ ਤਾਂ ਹਮਾਰੇ ਸ਼ੋਅ ਦਾ ਮੇਨ ਪੈਟ ਸਟੀਲ ਹੈ ਲਓ ਜੀ ਅਸੀਂ ਗੱਲ ਕਰਦੇ ਹਾਂ ਹੁਣ ਤੁਹਾਨੂੰ ਪਾਣੀ ਇੱਕ ਛੋਟੀ ਜਿਹੀ ਬਾਜ਼ਾਰ ਤੋਂ ਉੱਨ ਅਤੇ ਕਸੁੰਨ ਬੰਨੇ ਬਹਿ ਰਿਹਾ ਬੀਜੀ ਨਾ ਬਜਾਈ ਹਿੱਸਾ ਲੈ ਗਿਆ ਉਹ ਤਾਂ ਸਿੱਖ ਹੀ ਹੋਇਆ ਫਿਰ ਨਹੀਂ ਨਹੀਂ ਪਤਾ ਜੀ ਸੋਰੀ ਭਾਜੀ ਇੱਦਾਂ ਉਹਨੂੰ ਦੇਖ ਕੇ ਗੁੱਸਾ ਬਹੁਤ ਆਉਂਦਾ ਅੱਛਾ ਕਰੇਲਾ ਕੀ ਬਾਤ ਹੈ ਭਾਜੀ ਬਿਲਕੁਲ ਗਲਤ ਜਵਾਬ ਹਾਂਜੀ ਜ਼ਰੂਰ ਮੈਨੂੰ ਪਤਾ ਸੀ ਮੈਨੂੰ ਗਲਤ ਜਵਾਬ ਹੈ ਸੋ ਇੱਕ ਮੈਂ ਤੁਹਾਨੂੰ ਇੱਕ ਲਾਈਨ ਬੋਲਾਂ ਤੁਸੀਂ ਵੀ ਬੋਲੋਗੇ ਮੇਰੇ ਪਿੱਛੇ ਪਿੱਛੇ ਅਸੀਂ ਵੀ ਕੋਸ਼ਿਸ਼ ਕਰਾਂਗੇ ਜੀ ਹਾਂਜੀ ਚਿੱਟਾ ਡੱਡੂ ਟੱਪਿਆ ਟੱਪ ਚਿੱਟਾ ਡੱਡੂ ਚਿੱਟਾ ਡੱਡੂ ਟੱਪਿਆ ਟੱਪ ਚਿੱਟਾ ਡੱਡੂ ਟੱਪਿਆ ਟੱਪ ਚਿੱਟਾ ਡੱਡੂ 5 ਵਾਰੀ ਜਲਦੀ ਜਲਦੀ ਕਰ ਦਿਓ ਇਹ ਤੁਸੀਂ ਮੈਂ 5 ਵਾਰੀ ਬੋਲੇ ਮੈਂ ਤੁਹਾਡਾ ਚਿੱਟਾ ਡੱਡੂ ਟੱਪਿਆ ਟੱਪ ਚਿੱਟਾ ਡੱਡੂ 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 ਹਾਂਜੀ ਚਿੱਟਾ ਡੱਡੂ ਟੱਪਿਆ ਟੱਪ ਚਿੱਟਾ ਡੱਡੂ ਹਾਂਜੀ ਇੱਕ ਹੋਰ ਚਿੱਟਾ
ਚਿੱਟਾ ਡੱਡੂ ਟੱਪਿਆ ਟੱਪ ਚਿੱਟਾ ਡੱਡੂ ਲਓ ਜੀ ਇੱਕ ਹੋਰ ਫਿਰ ਕਹੋਗੇ ਇੱਕ ਹੋਰ ਇੱਕ ਵਾਰ ਹੋਰ ਇੱਕ ਬਸ ਆਖਰੀ ਹੈਗੀ ਹੈ ਆਖਰੀ ਹੈ ਜੀ ਚਿੱਟਾ ਡੱਡੂ ਟੱਪਿਆ ਟੱਪ ਚਿੱਟਾ ਡੱਡੂ ਆ ਇੱਕ ਹੋਰ ਲਾਈਨ ਬੋਲਣਾ ਉਹ ਫੋਲੋ ਭਾਈ ਫਿਰ ਤਾਂ ਸਾਰਾ ਸ਼ੋਰ ਹੈ ਨਾ ਮੇਰਾ ਸੋ ਜੀ ਮੇਰੇ ਵੀਰ ਨੇ ਬਹੁਤ ਵਧੀਆ ਗੱਲ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਜੀ ਤੁਸੀਂ ਦੇਖਦੇ ਪਏ ਹੋ ਜੀ ਆਪਣਾ ਹਰਮਨ ਪਿਆਰਾ ਸ਼ੋ ਇੱਕ ਮਿੰਟ ਤੁਹਾਡਾ ਜਵਾਬ ਮਿਲੇਗਾ ਦਿਨ ਸ਼ਨੀਵਾਰ ਨੂੰ ਸ਼ਾਮੀ 5 ਵਜੇ ਸਿੱਖ ਚੈਨਲ ਤੇ ਦੇਖਣਾ ਨਾ ਭੁੱਲਣਾ ਕੀ ਨਹੀਂ ਦੇਖ ਕੀ ਦੇਖਣਾ ਆ ਸਿੱਖ ਚੈਨਲ ਤੇ ਦਿਨ ਸ਼ਨੀਵਾਰ ਇੱਕ ਮਿੰਟ ਬਿਲਕੁਲ ਜੀ ਸੋ ਇੱਕ ਮਿੰਟ ਕਰਕੇ ਦੇਖੋ ਜੀ ਸ਼ੋਅ ਤੇ ਦੇਖਿਓ ਜਵਾਬ ਸਾਡੀਆਂ ਭੈਣਾਂ ਵੀ ਆ ਚੁੱਕੀਆਂ ਨੇ ਨਾਲ ਜੇ ਇਹਨਾਂ ਨਾਲ ਗੱਲਬਾਤ ਕਰਦੇ ਆ ਆਓ ਭੈਣ ਜੀ ਤੁਹਾਨੂੰ ਇੱਕ ਮਿੰਟ ਗੱਲ ਕਰ ਸਕਦੇ ਆ ਹਾਂਜੀ ਜ਼ਰੂਰ ਕਰ ਸਕਦੇ ਗੁੱਸਾ ਤਾਂ ਨਹੀਂ ਕਰੋਗੇ ਨਹੀਂ ਬਿਲਕੁਲ ਨਹੀਂ ਪੱਕੀ ਗੱਲ ਆ ਪੱਕੀ ਗੱਲ ਆ ਫਿਰ ਇਦਾਂ ਨਾ ਹੋਵੇ ਕਿ ਕੋਈ ਵੀ ਭਰਾ ਨੇ ਗੱਡੀ ਗੇਟ ਚ ਪਾਤਾ ਨਹੀਂ ਨਹੀਂ ਬਿਲਕੁਲ ਗੁੱਸਾ ਨਹੀਂ ਕਰਾਂਗੇ ਸੋ ਜੀ ਇੱਕ ਮਿੰਟ ਸ਼ੋਅ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਇਹਦਾ ਇੱਕੋ ਹੀ ਜਿਹੜਾ ਨਾ ਇਹਦੀ ਇੱਕੋ ਹੀ ਗੱਲ ਆ ਕਿ ਇੱਕ ਖੇਲ ਆ ਤਿੰਨ ਹਿੱਸੇ ਆ ਪੰਜਾਬੀ 'ਚ ਗੱਲ ਕਰਨੀ ਆ ਪੱਕੀ ਦੂਜਾ ਕਰਾਂਗੇ ਥੋੜ੍ਹੀ ਪੰਜਾਬੀ ਬਾਰੇ ਗੱਲਬਾਤ ਫਿਰ ਪਾਵਾਂਗੇ ਤੁਹਾਨੂੰ ਇੱਕ ਬੁਝਾਰਤ ਲਓ ਜੀ ਸ਼ੁਰੂ ਕਰਦੇ ਹਾਂ ਕੀ ਨਾਮ ਜੀ ਤੁਹਾਡਾ ਕਵਲਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਉਂਝ ਤੇ ਆਪਣੇ ਇੰਡੀਆ ਦੀ ਹੈਗੀ ਆ ਪਰ ਇੰਡੀਆ ਰਹਿੰਦੇ ਹੋ ਇੰਡੀਆ ਰਹਿੰਦੇ ਹੋ ਭਾਰਤ ਰਹਿੰਦੇ ਆ ਨਹੀਂ ਜੀ ਨਹੀਂ ਭੈਣ ਜੀ ਮੈਂ ਤਾਂ ਲੱਗਿਆ ਮੇਰੀ ਭੈਣ ਕਹਿੰਦੀ ਮੈਂ ਤਾਂ ਪੰਜਾਬੀ ਫਰਾਟੇਦਾਰ ਬੋਲਦੀ ਆ ਪੰਜਾਬੀ ਫਰਾਟੇਦਾਰ ਹੀ ਬੋਲਦੀ ਜੀ ਹੁਣ ਤਾਂ ਲੰਘ ਗਿਆ ਸਮਾਂ ਚਲੋ ਕੋਈ ਗੱਲ ਨਹੀਂ ਜੀ ਪੰਜਾਬ ਨੂੰ ਪੰਜਾਬ ਕਿਉਂ ਕਹਿੰਦੇ ਆ ਕਿਉਂਕਿ ਉੱਥੇ 5 ਦਰਿਆ ਹੈਗੇ ਆ ਕਿਹੜੇ ਕਿਹੜੇ ਨਾਂ ਨੇ ਜੀ ਉਹਨਾਂ ਦੇ ਰਾਵੀ ਵਿਆਸ ਚੇਲਮ ਇਹ ਮੇਰੇ ਖਿਆਲ ਜੰਮੂ ਕਸ਼ਮੀਰ ਦੀ ਹੈ ਨਹੀਂ ਸਰਸਾ ਨਦੀ ਬਿਲਕੁਲ ਗਲਤ ਹੈ ਜੀ ਤੁਸੀਂ ਪੰਜਾਬ ਤੋਂ ਨਹੀਂ ਮੈਂ ਰਾਜਸਥਾਨ ਦੀ ਆਪਣਾ ਇੱਦਾਂ ਦੇਖੋ ਰਾਜਸਥਾਨ ਨੂੰ ਪਾਣੀ ਜਾਂਦਾ ਪੰਜਾਬ 'ਚੋਂ ਉਹ ਕਿਹੜੇ ਕਿਹੜੇ ਦਰਿਆ ਦਾ ਰਾਵੀ ਹੈ ਇੱਕ ਤੇ ਰਾਵੀ ਹੈ ਸਰਸਾ ਨਦੀ ਸਾਡੀ ਭੈਣ ਨੂੰ ਕਿੰਨਾ ਪਿਆਰ ਸਰਸਾ ਨਦੀ ਦਾ ਬਾਰ ਬਾਰ ਸਰਸਾ ਨਦੀ ਕਹਿ ਰਹੀ ਹੈ ਸੋ ਤੁਹਾਡੇ ਵਾਸਤੇ ਹੁਣ ਬੁਝਾਰਤ ਅਸੀਂ ਪਾਉਣ ਲੱਗੇ ਹਾਂ ਜੀ ਬੀਜੇ ਰੋਡ ਜੰਮੇ ਜਾੜ ਲੱਗੇ ਨਿੰਬੂ ਖਿੜੇ ਅਨਾਰ ਬੀਜੇ ਰੋਡ ਜੰਮੇ ਜਾੜ ਲੱਗੇ ਨਿੰਬੂ ਖਿੜੇ ਅਨਾਰ ਲੋ ਜੀ ਕੋਈ ਗੱਲ ਨਹੀਂ ਜੀ ਅਸੀਂ ਆਪਣੀ ਭੈਣ ਨੂੰ ਜਵਾਬ ਦੇਵਾਂਗੇ ਦਿਨ ਸ਼ਨੀਵਾਰ ਸ਼ਾਮ ਨੂੰ ਦੇਖਣਾ ਨਾ ਭੁੱਲਣਾ ਸਿੱਖ ਚੈਨਲ ਤੇ ਸ਼ਾਮ ਨੂੰ ਕੀ ਦੇਖਣਾ ਜੀ ਇੱਕ ਮਿੰਟ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਤੁਹਾਨੂੰ ਇੱਕ ਮਿੰਟ ਗੱਲ ਕਰ ਸਕਦੇ ਹਾਂ ਜੀ ਕਰ ਸਕਦੇ ਹਾਂ ਜੀ ਜੀ ਗੁੱਸਾ ਤਾਂ ਨਹੀਂ ਕਰੋਗੇ ਨਹੀਂ ਪੱਕੀ ਗੱਲ ਆ ਹਾਂ ਜਵਾਬ ਆਇਆ ਦੇਵਾਂਗੇ ਸੋ ਭੈਣ ਜੀ ਤੁਹਾਨੂੰ ਪਤਾ ਹੀ ਆ ਕਿ ਤੁਸੀਂ ਸ਼ੋਅ ਦੇਖਦੇ ਹੋ ਇਹਦੇ ਇੱਕੋ ਹੀ ਆ ਕਿ ਆਪਾਂ ਇੱਕ ਖੇਲ ਦੇ 3 ਹਿੱਸੇ ਨੇ ਪਹਿਲਾਂ ਤਾਂ ਪੰਜਾਬੀ 'ਚ ਗੱਲ ਕਰਨੀ ਆ ਦੂਜਾ ਪੰਜਾਬੀ ਬਾਰੇ ਆਪਾਂ ਗੱਲ ਕਰਾਂਗੇ ਅਤੇ ਤੀਜਾ ਪਾਵਾਂਗੇ ਤੁਹਾਨੂੰ ਛੋਟੀ ਜਿਹੀ ਬੁਝਾਰਤ ਕਰਦੇ ਹਾਂ ਸ਼ੁਰੂ ਕੀ ਨਾਮ ਜੀ ਤੁਹਾਡਾ ਸੋਹਣ ਕੌਰ ਖਾਲਸਾ ਕਿੱਥੋਂ ਦੇ ਰਹਿਣ ਵਾਲੇ ਹੋ ਬ੍ਰਿਸਟੋ ਦੇ ਅਤੇ ਪਿੱਛੋਂ ਕਿੱਥੋਂ ਜੀ ਦਿੱਲੀਓਂ ਦਿੱਲੀ ਤੋਂ ਇਹ ਦਿੱਲੀ ਕਿੱਥੇ ਪੈਂਦਾ ਜੀ ਸ਼ਾਦਰਾ ਕਿੱਥੇ ਪੈਂਦਾ ਜੀ ਕਿੱਥੇ ਪੈਂਦਾ ਸੁਭਾਸ਼ ਪਾਰਕ ਸੁਭਾਸ਼ ਪਾਰਕ ਕਿੱਥੇ ਪੈਂਦਾ ਜੀ ਅੱਗੇ ਨਹੀਂ ਪੜੇ ਦਿੱਲੀ ਵਿੱਚ ਹੀ ਸਾਰਾ ਹੈਗਾ ਵੈ ਦਿੱਲੀ ਕਿੱਥੇ ਪੈਂਦਾ ਜੀ ਨਵੀਂ ਦਿੱਲੀ ਕਿੱਥੇ ਆ ਜੀ ਪਤਾ ਨਹੀਂ ਪਤਾ ਸੋ ਭੈਣ ਜੀ ਇੱਥੇ ਆਏ ਨੂੰ ਕਿੰਨੀ ਦੇਰ ਹੋ ਗਈ ਇੱਥੇ ਆਏ 26 ਆ 26 ਸਾਲ ਹੋ ਗਏ ਨੇ 26 ਹਾਂਜੀ ਵੈਰੀ ਗੁੱਡ ਆਪ ਤਾਂ ਬਹੁਤ ਅੱਛੀ ਹਿੰਦੀ ਬੋਲਦੇ ਹੋ ਔਰ ਸਾਥ ਸਾਥ ਮੈਂ ਬਹੁਤ ਹੀ ਵਧੀਆ ਅੰਗਰੇਜ਼ੀ ਵੀ ਬੋਲਦੇ ਹੋ ਨਹੀਂ ਪੰਜਾਬੀ ਸਾਡੀ ਆਪਣੀ ਬੋਲੀ ਪੰਜਾਬੀ ਪਹਿਲਾਂ ਬੋਲਦੇ ਤੁਸੀਂ 26 ਕਿਉਂ ਕਿਹਾ ਹਾਂਜੀ ਤੁਸੀਂ 26 ਕਿਉਂ ਕਿਹਾ ਸੌਰੀ ਮਾਫੀ ਮੰਗਦੀ ਆ ਸੌਰੀ ਕਿਉਂ ਕਿਹਾ ਮੈਂ ਪੰਜਾਬੀ ਬੋਲਣਾ ਚਾਹੁੰਦੀ ਸਾਂ ਮੂੰਹੋਂ ਨਿਕਲ ਗਈ ਹੈ ਦੇਖੋ ਜੀ ਮੂੰਹੋਂ ਨਿਕਲ ਗਈ ਸੋ ਭੈਣ ਜੀ ਹੁਣ ਤੁਹਾਨੂੰ ਗੱਲ ਕਰਦੇ ਹਾਂ ਤੁਸੀਂ ਦਿੱਲੀ ਰਹਿੰਦੇ ਹੋ ਹਾਂਜੀ ਸਕੂਲੇ ਗਏ ਹੋ ਨਹੀਂ ਐਨਣ ਗਏ ਹੈਗੇ ਲੇਕਿਨ ਥੋੜ੍ਹਾ ਚਿਰ ਗਏ ਸਾਂ ਅੱਛਾ ਤੁਹਾਨੂੰ ਪੰਜਾਬੀ 'ਚ ਸਭ ਤੋਂ ਵਧੀਆ ਪੰਜਾਬੀ 'ਚ ਕੀ ਬੋਲਣਾ ਆਉਂਦਾ ਸਾਰਾ ਕੁਝ ਬੋਲ ਲਈਦਾ ਪੰਜਾਬੀ 'ਚ ਮਾੜੀ ਮੋਟੀ ਹਾਂ ਨਹੀਂ ਚਲੋ ਠੀਕ ਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਓ ਭੈਣ ਜੀ ਤੁਹਾਡੇ ਨਾਲ ਕਰਦੇ ਹਾਂ ਜੀ ਗੱਲ ਨਹੀਂ ਭੈਣ ਜੀ ਤੁਸੀਂ ਪਿੱਛੇ ਤੁਸੀਂ ਇੰਨੀਆਂ ਤਾਂ ਪਰਚੀਆਂ ਦੇਖੋ ਭੈਣ ਜੀ ਤੁਸੀਂ ਕਿੰਨੀਆਂ ਪਰਚੀਆਂ ਚਲਾਈਆਂ ਹਰ ਗੱਲ ਤਾਂ ਤੁਸੀਂ ਉਹਨਾਂ ਦੱਸੀ ਤੁਹਾਡਾ ਇੱਕ ਮਿੰਟ ਸ਼ੋਅ ਦੇ ਵਿੱਚ ਸਵਾਗਤ ਹੈ ਜੀ ਸੋ ਇਹਦੇ ਵਿੱਚ ਤੁਸੀਂ ਸ਼ੋਅ ਦੇਖਿਆ ਕਦੀ ਫਿਰ ਤਾਂ ਤੁਹਾਨੂੰ ਪਤਾ ਕਿ ਇਹਦੇ ਵਿੱਚ ਆਪਾਂ ਪੰਜਾਬੀ 'ਚ ਗੱਲ ਕਰਨੀ ਹੈ ਅਤੇ ਪੰਜਾਬੀ ਬਾਰੇ ਗੱਲ ਕਰਨੀ ਹੈ ਅਤੇ ਇੱਕ ਬਜ਼ਾਰ 'ਤੇ ਪਾਉਣੀ ਹੈ ਤੁਹਾਡਾ ਟਾਈਮ ਹੁੰਦਾ ਸਟਾਰਟ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰੁਪਿੰਦਰ ਕੌਰ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਵਲੈਤ ਦੇ
ਰਾਜਸਥਾਨ ਬੀਕਾਨੇਰ ਅੱਛਾ ਜੀ ਇੱਥੇ ਕਿੱਥੇ ਰਹਿੰਦੇ ਹੋ ਇੱਥੇ ਅਸੀਂ ਬ੍ਰਿਸਟਲ ਵਿੱਚ ਕਿੰਨੀ ਦੇਰ ਹੋ ਗਈ ਇੱਥੇ ਆਏ ਨੂੰ ਸਾਨੂੰ 21 ਸਾਲ ਹੋ ਗਏ 1 ਸਾਲ 21 21 ਸਾਲ ਹੋ ਗਏ ਹਾਂਜੀ ਕਿੱਦਾਂ ਆਏ ਸੀ ਇੱਥੇ ਅਸੀਂ ਇੱਥੇ ਬਸ ਅਸਰੇ ਵਿਆਹ ਕਰਕੇ ਆਏ ਸੀ ਵਿਆਹ ਕਰਕੇ ਆਏ ਸੀ ਵਿਆਹ ਕਦੋਂ ਹੋਇਆ ਸੀ ਤੁਹਾਡਾ ਹੁਣ 11 ਸਾਲ ਹੋ ਗਏ 11 ਸਾਲ ਹੋ ਗਏ ਸੋ ਕੀ ਕਰਦੇ ਹੋ ਤੁਸੀਂ ਅਸੀਂ ਮੈਂ ਹਾਊਸ ਵਾਈਫ ਹੈਗੀ ਦੇਖੋ ਜੀ ਮੈਂ ਤਾਂ ਕੁਛ ਨਹੀਂ ਕਿਹਾ ਤੁਸੀਂ ਕਿਹਾ ਅੱਛਾ ਤੁਸੀਂ ਹਾਊਸ ਵਾਈਫ ਹੋ ਨਹੀਂ ਜੀ ਮੈਂ ਤਾਂ ਕੁਛ ਨਹੀਂ ਕਿਹਾ ਤੁਸੀਂ ਕਿਹਾ ਮੈਂ ਤੁਹਾਡੀ ਗੱਲ ਕਰਦਾ ਪਿਆ ਸੋ ਹੁਣ ਗੱਲ ਕਰਦੇ ਹਾਂ ਥੋੜ੍ਹੀ ਜੀ ਪੰਜਾਬੀ ਬਾਰੇ ਸਕੂਲੇ ਤਾਂ ਗਏ ਹੋਣੇ ਆ ਹਾਂਜੀ ਸਕੂਲ ਨੂੰ ਕੀ ਕਹਿੰਦੇ ਪੰਜਾਬੀ 'ਚ ਸਕੂਲ ਸਕੂਲ ਤਾਂ ਸਕੂਲ ਸੌਰੀ ਭੈਣ ਜੀ ਸਾਡੀ ਤਾਂ ਕਰਦੀ ਆ ਕੀ ਪਰਚੀ ਪਰਚੀ ਸਾਡੀ ਭੈਣ ਜੀ ਪੂਰੀ ਪਰਚੀ ਦੇਖਦੀ ਪਈ ਹੈ ਕੌਣ ਪਰਚੀ ਲਾਊਗਾ ਸਕੂਲ ਨੂੰ ਕਹਿੰਦੇ ਵਿਦਿਆਲਾ ਵਿਦਿਆਲਾ ਹਾਂਜੀ ਸੁਣਿਆ ਮੈਂ ਪਹਿਲੀ ਵਾਰੀ ਅਸਲ ਦੇ ਵਿੱਚ ਪੰਜਾਬੀ ਦਾ ਜਿਹੜਾ ਸਹੀ ਲਫ਼ਜ਼ ਹੈ ਉਹ ਹੈਗਾ ਵਿਦਿਆਲਾ ਸੋ ਹੁਣ ਤੁਹਾਨੂੰ ਪਾਉਂਦੇ ਹਾਂਜੀ ਰਾਜਸਥਾਨ ਰਹਿੰਦੇ ਨੇ ਜ਼ਿਆਦਾ ਪੰਜਾਬੀ ਨਹੀਂ ਉੱਧਰ ਹੈਗੀ ਤਾਂ ਕਰਕੇ ਬੀਕਾਨੇਰ ਬੀਕਾਨੇਰ 'ਚ ਬੋਲਦੇ ਹੈਗੇ ਪੰਜਾਬੀ ਬੋਲਦੇ ਤਾਂ ਹੈਗੇ ਵੈਸੇ ਪਿਓਰ ਪੰਜਾਬੀ ਨਹੀਂ ਨਾ ਕਈ ਵਾਰੀ ਬੋਲਦੇ ਵਿੱਚ ਥੋੜ੍ਹੀ ਪਿਓਰ ਨਹੀਂ ਠੇਠ ਬੋਲਦੇ ਨੇ ਹਾਂਜੀ ਲਓ ਜੀ ਤੁਹਾਨੂੰ ਪਾਉਂਦੇ ਛੋਟੀ ਜਿਹੀ ਬਜ਼ਾਰਤ ਬਜ਼ਾਰਤ ਬੀਜੇ ਰੋਡ ਜੰਮੇ ਜਾੜ ਲੱਗੇ ਨਿੰਬੂ ਖਿੜੇ ਅਨਾਰ ਇੱਧਰ ਦਿਓ ਜੀ ਜਵਾਬ ਤੁਸੀਂ ਉੱਧਰ ਦੇਖਦੇ ਹੋ ਟੀਵੀ ਉੱਧਰ ਆ ਸੇ ਹਾਂਜੀ ਸੇ ਕੀ ਬਾਤ ਹੈ ਇਹ ਸਾਡੀ ਪਹਿਲੀ ਭੈਣ ਜੀ ਆ ਜਿਹਨੇ ਸਹੀ ਜਵਾਬ ਨਹੀਂ ਦਿੱਤਾ ਇਹਨੇ ਵੀ ਗਲਤ ਦਿੱਤਾ ਆ ਗਲਤ ਦਿੱਤਾ ਤਾਂ ਲਓ ਜੀ ਇਹਦਾ ਜਿਹੜਾ ਸਹੀ ਜਵਾਬ ਹੈਗਾ ਤੁਹਾਨੂੰ ਮਿਲੂਗਾ ਦਿਨ ਸ਼ਨੀਵਾਰ ਸ਼ਾਮੀ 5 ਵਜੇ ਪੰਜ ਇੱਕ ਮਿੰਟ ਗੱਲ ਕਰ ਸਕਦੇ ਆ ਹਾਂਜੀ ਗੁੱਸਾ ਤਾਂ ਨਹੀਂ ਕਰੋਗੇ ਨਹੀਂ ਨਹੀਂ ਪੱਕੀ ਗੱਲ ਆ ਪੱਕੀ ਗੱਲ ਹੈ ਕਿਉਂ ਭਰਾ ਨੇ ਕਦੀ ਗੇਟ ਚ ਪਾਤਾ ਨਹੀਂ ਨਹੀਂ ਸਹੀ ਗੱਲ ਹੈ ਹਾਂਜੀ ਕੁਝ ਕਰੀਏ ਜੀ ਗੱਲ ਸ਼ੁਰੂ ਤੁਹਾਨੂੰ ਤੁਸੀਂ ਇੱਕ ਮਿੰਟ ਸ਼ੋਅ ਦੇਖਿਆ ਕਦੀ ਹਾਂਜੀ ਵੇਖਨੇ ਆ ਫਿਰ ਤੁਹਾਨੂੰ ਪਤਾ ਹੀ ਆ ਜੀ ਆਪਾਂ ਜੋ ਕਰਨਾ ਨਾ ਇੱਕ ਖੇਲ ਤਿੰਨ ਹਿੱਸੇ ਪੰਜਾਬੀ ਬੋਲਣੀ ਆ ਤੇ ਪੰਜਾਬੀ ਬਾਰੇ ਗੱਲ ਕਰਨੀ ਆ ਤੇ ਫਿਰ ਬੋਲਾਂਗੇ ਇੱਕ ਛੋਟੀ ਜੀ ਬਜਾਰਤ ਕਰਦੇ ਆ ਸ਼ੁਰੂ ਕੀ ਨਾਮ ਜੀ ਤੁਹਾਡਾ ਹਰਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਹੋ ਇੱਥੇ ਬ੍ਰਿਸਟਲ ਦੇ ਆ ਪਰ ਅਸੀਂ ਗਵਾਲੀਅਰ ਤੋਂ ਆਏ ਆ ਹਾਂਜੀ ਗਵਾਲੀਅਰ ਕਿੱਥੇ ਪੈਂਦਾ ਜੀ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਕਿੱਥੇ ਪੈਂਦਾ ਜੀ ਮੱਧ ਪ੍ਰਦੇਸ਼ ਮੈਨੂੰ ਪਤਾ ਨਹੀਂ ਜਿਸ ਤਰ੍ਹਾਂ ਆਗਰਾ ਸਾਰੇ ਦੇਸ਼ ਜਿਹੜੇ ਵਿੱਚ ਹੀ ਪੈਂਦੇ ਨੇ ਜਿਹੜਾ ਮੱਧ ਪ੍ਰਦੇਸ਼ ਕਿਹੜੇ ਦੇਸ਼ ਵਿੱਚ ਪੈਂਦਾ ਤੁਸੀਂ ਮੱਧ ਪ੍ਰਦੇਸ਼ ਤੋਂ ਆਏ ਹੋ ਪਰ ਮੱਧ ਪ੍ਰਦੇਸ਼ ਕਿਹੜੇ ਦੇਸ਼ ਵਿੱਚ ਪੈਂਦਾ ਇੰਡੀਆ ਵਿੱਚ ਤੁਸੀਂ ਕਹਿਣਾ ਸੀ ਭਾਰਤ ਹਿੰਦੁਸਤਾਨ ਆ ਸੌਰੀ ਜੇ ਕੋਈ ਮੈਂ ਤਾਂ ਪੁੱਛਿਆ ਸੀ ਤੁਸੀਂ ਦੱਸਿਆ ਲੋ ਸੋ ਤੁਸੀਂ ਮੱਧ ਪ੍ਰਦੇਸ਼ ਤੋਂ ਆਏ ਹੋ ਹਾਂਜੀ ਅੱਛਾ ਜੀ ਉੜਾੜਾ ਆਉਂਦਾ ਹਾਂਜੀ ਆਉਂਦਾ ਸੁਣਾਓ ਜੀ ਪੂਰਾ ਸੁਣਾਵਾਂ ਉੜਾੜਾ ਤਾਂ ਪੂਰਾ ਸੁਣਾਓਗੇ ਉੜਾੜਾ ਇੜੀ ਸੱਸਾ ਹਾ ਹਾ ਕੱਕਾ ਖੱਕਾ ਗੱਗਾ ਕੱਗਾ ਗੰਗਾ ਚਿੱਚਾ ਚਿੱਚਾ ਜਿੱਜਾ ਚਿੱਜਾ ਈਆਂ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਤੱਤਾ ਥੱਤਾ ਦੱਦਾ ਧੱਦਾ ਪੱਬਾ ਪੱਪਾ ਪੱਪਾ ਬੱਬਾ ਪੱਬਾ ਮੰਮਾ ਯਈਆ ਰਾਰਾ ਲੱਲਾ ਵੱਵਾ ਡਾੜਾ ਸੱਸੇ ਪੈਰੀ ਬਿੰਦੀ ਕਾਖੇ ਪੈਰੀ ਬਿੰਦੀ ਜਿੱਜੇ ਪੈਰੀ ਬਿੰਦੀ ਬੀਬੀ ਦੇ ਮੱਥੇ ਤੇ ਬਿੰਦੀ ਨਹੀਂ ਜੀ ਮਜ਼ਾਕ ਕਰਦੇ ਹਾਂ ਸੋ ਤੁਸੀਂ ਬਹੁਤ ਸੋਹਣਾ ਉੜਾੜਾ ਸੁਣਾਇਆ ਸੋ ਜਿਹੜਾ ਊੜਾ ਐੜਾ ਈੜੀ ਸੱਸਾ ਹਾਹਾ ਹਾਹੇ ਨਾਲ ਬੜਾ ਹਾਸਾ ਹੁੰਦਾ ਹਾ 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 ਪੰਜ ਅੱਖਰ ਸੁਣਾਓ ਹਾਹੇ ਤੇ ਪੰਜ ਅੱਖਰ ਪਤਾ ਨਹੀਂ ਮੈਨੂੰ ਜਿੱਦਾਂ ਹਾਹਾ ਹਾਥੀ ਹਾਹਾ ਹਾਥੀ ਹਾਹਾ ਹੱਸਣਾ ਹਾਹਾ ਹਾਹਾ ਬੁਝਾਰਤ ਪਾਉਂਦੇ ਆ ਬੀਜੇ ਰੋਡ ਜੰਮੇ ਜਾੜ ਲੱਗੇ ਨਿੰਬੂ ਖਿੜੇ ਅਨਾਰ ਬੀਜੇ ਰੋਡ ਜੰਮੇ ਜਾੜ ਲੱਗੇ ਨਿੰਬੂ ਖਿੜੇ ਅਨਾਰ ਦੰਦ ਬਿਲਕੁਲ ਇਹ ਸਾਡੇ ਦੂਜੇ ਭੈਣ ਜੀ ਨੇ ਜਿਨ੍ਹਾਂ ਨੇ ਬਿਲਕੁਲ ਗਲਤ ਜਵਾਬ ਦਿੱਤਾ ਗਲਤ ਦਿੱਤਾ ਕੀ ਹੁੰਦਾ
ਭੈਣ ਜੀ ਪਰਚੀ ਨਹੀਂ ਚੱਲਣੀ ਇੱਥੇ, ਇਹ ਸਕੂਲਾਂ 'ਚ ਚੱਲਦੀ ਪਰਚੀ, ਠੀਕ ਹੈ। ਸੋ ਜੀ ਜੇ ਤੁਸੀਂ ਜਵਾਬ ਲੈਣਾ ਦਿਨ ਸ਼ਨੀਵਾਰ ਸ਼ਾਮ ਨੂੰ ਦੇਖਿਓ ਸਿੱਖ ਚੈਨਲ 'ਤੇ, ਸ਼ਾਮ ਨੂੰ ਪੰਜ ਵਜੇ, ਸ਼ਾਮਾਂ ਨੂੰ 5 ਵਜੇ ਕੀ ਦੇਖਣਾ ਆ? ਇੱਕ ਮਿੰਟ ਉੱਥੇ ਮਿਲੇਗਾ ਤੁਹਾਨੂੰ ਜਵਾਬ। ਲਓ ਜੀ ਗੱਲਬਾਤ ਕਰਦੇ ਹਾਂ ਜੀ, ਸਾਡੇ ਹੋਰ ਨੌਜਵਾਨ ਵੀਰ ਵੀ ਆ ਗਏ ਨੇ। ਉਹ ਕਿੱਦਾਂ? ਠੀਕ ਆ? ਹਾਂਜੀ ਮੈਂ ਠੀਕ ਹਾਂ, ਤੁਸੀਂ ਠੀਕ ਹੋ? ਵਧੀਆ। ਇੱਕ ਮਿੰਟ ਗੱਲ ਕਰੀਏ ਫਿਰ। ਹਾਂਜੀ ਗੁੱਸਾ ਤਾਂ ਨਹੀਂ ਕਰੇਗਾ? ਗੁੱਸਾ ਨਹੀਂ ਕਰੇਗਾ। ਪੱਕੀ ਗੱਲ ਆ? ਪੱਕੀ ਗੱਲ ਹੈ। ਸ਼ੋ ਦੇਖਿਆ ਆ? ਸ਼ੋ ਦੇਖਿਆ ਹੈ। ਪੱਕੀ ਪੱਕੀ ਗੱਲ ਹੈ? ਪਸੰਦ ਕਰਦਾ? ਹਾਂਜੀ ਪਸੰਦ ਕਰਨਾ, ਸਿੱਖ ਚੈਨਲ ਵੇਖਣਾ ਮੈਂ। ਹਾਂ ਤੁਹਾਡਾ ਸਦਕੇ ਜੀ। ਸੋ ਬਾਲ ਸਾਹਿਬ ਦੇਖ ਲਓ, ਨੌਜਵਾਨ ਸਿੱਖ ਚੈਨਲ ਦੇਖਦੇ ਨੇ, ਤੁਸੀਂ ਐਵੇਂ ਸਾਨੂੰ ਸ਼ਿਕਾਇਤ ਕਰਦੇ ਰਹਿੰਦੇ ਹੋ। ਸੋ ਪਤਾ ਕੀ ਕਰਨਾ? ਹਾਂਜੀ ਇੱਕ ਖੇਲ ਆ, 3 ਹਿੱਸੇ ਆ, ਪੰਜਾਬੀ ਬੋਲਣੀ ਆ, ਅੰਗਰੇਜ਼ੀ ਨਹੀਂ ਬੋਲਣੀ, ਅਤੇ ਫਿਰ ਪੰਜਾਬੀ ਬਾਰੇ ਗੱਲ ਕਰਨੀ ਆ, ਅਤੇ ਫਿਰ ਇੱਕ ਬੁਝਾਰਤ ਪਾਉਣੀ ਆ। ਕਰੀਏ ਸ਼ੁਰੂ? ਇੱਕ ਪੰਜਾਬੀ ਵਾਲੇ ਗੱਲ ਕਰਨੀ, ਹਾਂ ਫਿਰ ਬੁਝਾਰਤ ਪਾਉਣੀ ਆ। ਇੰਗਲਿਸ਼ ਵਿੱਚ ਕਹਿੰਦੇ ਰਿਡਲਸ, ਓਕੇ ਓਕੇ, ਆਪਾਂ ਪੰਜਾਬੀ ਦੇ ਵਿੱਚ ਪਾਉਣੀ ਆ। ਕਰੀਏ ਸ਼ੁਰੂ? ਹਾਂਜੀ। ਕੀ ਨਾਮ ਤੁਹਾਡਾ? ਗੁਰਪ੍ਰੀਤ ਸਿੰਘ। ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਇੰਡੀਆ ਦਾ ਬੋਲਣੇ, ਪਰ ਬ੍ਰਿਸਟਲ 'ਚ ਰਹਿਣਾ। ਤੂੰ ਅੰਗਰੇਜ਼ੀ ਬੋਲ ਦਿੱਤੀ, ਮੈਂ ਇੰਡੀਆ ਦਾ ਬੋਲਣ ਆ। ਕੀ ਕਹਿਣਾ ਸੀਗਾ ਪੰਜਾਬੀ ਵਿੱਚ? ਪਤਾ ਨਹੀਂ। ਮੈਂ ਭਾਰਤ ਵਿੱਚ ਜੰਮਿਆ ਆ। ਮੈਂ ਭਾਰਤ ਵਿੱਚ ਜੰਮਿਆ। ਹਾਂ ਚੱਲ ਹੁਣ ਕੋਈ ਗੱਲ ਨਹੀਂ, ਲੰਘੀ ਵਾਰੀ। ਸੋ ਹੁਣ ਊੜਾ ਆਉਂਦਾ? ਨਹੀਂ ਨਹੀਂ ਆਉਂਦਾ। ਨਹੀਂ ਆਉਂਦਾ? ਨਹੀਂ ਆਉਂਦਾ। ਊੜਾ ਪਤਾ ਕੀ ਹੁੰਦਾ? ਨਹੀਂ। ਊੜਾ ਵੀ ਨਹੀਂ ਪਤਾ? ਨਹੀਂ। ਫਲੈਟ ਦਾ ਪਤਾ ਪਰ ਉਹਦਾ ਮਤਲਬ ਨਹੀਂ ਪਤਾ। ਊੜੇ ਦਾ ਮਤਲਬ ਨਹੀਂ ਪਤਾ, ਪਰ ਊੜਾ ਪਤਾ ਕਿੱਦਾਂ ਲਿਖੀਦਾ? ਹਾਂਜੀ ਕਿਹਾ ਹੈ। ਐੜਾ ਪਤਾ? ਐੜਾ ਯੇ। ਈੜੀ ਵੀ ਪਤਾ? ਹਾਂਜੀ ਪਤਾ ਪਤਾ। ਓਕੇ, ਈੜੀ ਤੇ ਕਿਹੜਾ ਸ਼ਬਦ ਹੁੰਦਾ? ਕੀ ਮਤਲਬ? ਈੜੀ ਤੇ ਜਿਹਦਾ ਮਤਲਬ, ਈੜੀ ਮਤਲਬ ਇੱਕ, ਈੜੀ ਮਤਲਬ ਇੱਟ, ਈੜੀ ਨਾਲ ਹੋ ਕਿਹੜਾ ਕਿਹੜਾ ਸ਼ਬਦ ਬਣਦਾ? ਇੱਕ ਇੱਕ ਬੁਝਾਰਤ ਹੈਗੀ ਤੇਰੇ ਵਾਸਤੇ, ਬੀਜੇ ਰੋਡ ਜੰਮੇ ਜਾੜ, ਲੱਗੇ ਨਿੰਬੂ ਖਿੜੇ ਅਨਾਰ। ਬੀਜੇ ਰੋਡ ਜੰਮੇ ਜਾੜ ਲੱਗੇ ਨਿੰਬੂ ਖਿੜੇ ਅਨਾਰ। ਇਹਦਾ ਮਤਲਬ ਕੀ ਆ? ਮੈਨੂੰ ਪਤਾ ਨਹੀਂ। ਇਹਦਾ ਜਵਾਬ ਪਤਾ ਕੀ ਆ? ਤੈਨੂੰ ਮਿਲੇਗਾ ਜਵਾਬ ਦਿਨ ਸ਼ਨੀਵਾਰ ਸ਼ਾਮ ਨੂੰ ਦੇਖੀ ਸਿੱਖ ਚੈਨਲ। ਓਕੇ ਜੀ, ਸ਼ਾਮੀ 5 ਵਜੇ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਕਰੀਏ ਸ਼ੁਰੂ? ਕਰੋ ਜੀ। ਕੀ ਨਾਮ ਜੀ ਤੁਹਾਡਾ? ਕੁਲਦੀਪ ਸਿੰਘ। ਕਿੱਥੋਂ ਦੇ ਰਹਿਣ ਵਾਲੇ ਹੋ? ਇੱਥੇ ਇੱਥੇ ਵੀ ਤੇ ਉੱਥੇ ਵੀ, ਇੱਥੇ ਸਵਿੰਡਨ ਤੋਂ ਅਤੇ ਇੰਡੀਆ ਤੋਂ ਪੰਜਾਬ ਤੋਂ ਹੈਗੇ, ਬੈਲਗੇ ਤੋਂ। ਹਾਂ ਤੁਸੀਂ ਤਾਂ ਇੰਡੀਆ ਕਹਿਤਾ, ਮੈਂ ਕਿਹਾ ਹਿੰਦੁਸਤਾਨ ਕਹੋਗੇ? ਨਹੀਂ ਨਹੀਂ, ਓ ਸੋਰੀ ਯਾ, ਓ ਸੋਰੀ 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 ਯਾ। ਸੋ ਹੁਣ ਕਰਦੇ ਹਾਂ ਥੋੜੀ ਪੰਜਾਬੀ ਬਾਰੇ ਗੱਲ। ਹਾਂਜੀ। ਪੰਜਾਬ ਤੋਂ ਆਏ ਨਾ? ਯਾ। ਸਕੂਲੇ ਗਏ ਹੋਣੇ ਆ? ਗਏ ਆ ਜੀ, ਕਾਲਜ ਵੀ ਗਏ, ਸਕੂਲੇ ਵੀ ਗਏ, ਯੂਨੀਵਰਸਿਟੀ ਵੀ ਗਏ। ਅੱਛਾ, ਊੜਾ ਡਾ ਸੁਣਾਓ ਫਿਰ। ਊੜਾ ਐੜਾ ਈੜੀ ਸੱਸਾ ਹਾ ਹਾ, ਸਾਰਾ ਸੁਣਾਵਾ ਕਿ ਸਾਰਾ ਹੀ ਹੱਦ ਹੋ ਗਏ ਜੀ? ਊੜਾ ਐੜਾ ਈੜੀ ਸੱਸਾ ਹਾ, ਕੱਕਾ ਖੱਕਾ ਗੱਗਾ ਗੰਗਾ ਚਿੱਚਾ ਚਿੱਚਾ ਜਿਜਾ ਜਨਈਆਂ ਸੁਣਾ ਤੁਸੀਂ ਤਾਂ, ਪਰ ਥੋੜ੍ਹਾ ਅੱਗੇ ਪਿੱਛੇ ਕਰਕੇ ਸੁਣਾ ਤਾ, ਪਰ ਤੁਸੀਂ ਇੱਦਾਂ ਕਰੋ, ਈੜੀ ਦੇ 5 ਅੱਖਰ ਸੁਣਾਓ। ਇਸਤਰੀ। ਇੰਗਲਿਸ਼ ਵੀ ਹੋ ਸਕਦਾ? ਨਹੀਂ ਜੀ, ਪੰਜਾਬੀ 'ਚ ਕਰਨੇ। ਹਾਂ ਪੰਜਾਬੀ 'ਚ ਕਰਨੀ ਹੈ ਜੀ। ਈੜੀ ਇਸਤਰੀ, ਈੜੀ ਇਮਲੀ, ਈੜੀ ਐਟ, ਈੜੀ ਐਲੀ, ਈੜੀ ਐਲੀਫੈਂਟ। ਨਹੀਂ ਐਲੀਫੈਂਟ ਨਹੀਂ, ਸੌਰੀ। ਉਹ ਅੱਗੇ ਸਾਡੀ ਇੱਕ ਭੈਣ ਜੀ ਕਹਿੰਦੀ ਹਾ ਹਾ ਜਾਜ ਨਹੀਂ ਜੀ। ਸੋ ਤੁਹਾਨੂੰ ਪਾਉਂਦੇ ਛੋਟੀ ਜਿਹੀ ਇੱਕ ਬੁਝਾਰਤ, ਬੀਜੇ ਰੋਡ ਜੰਮੇ ਜਾੜ, ਲੱਗੇ ਨਿੰਬੂ ਖਿੜੇ ਅਨਾਰ। ਇਹ ਮੈਂ ਕਹਿਣੀ ਤਾਂ ਮੈਨੂੰ ਆਉਂਦੀ ਆ, ਉਦਾਂ ਇਹਦਾ ਜਵਾਬ ਦਿਓ ਜੀ, ਜਵਾਬ ਦਿਓ ਜੀ। ਬੀਜਾ ਨਿੰਬੂ? ਨਹੀਂ ਨਹੀਂ ਨਹੀਂ, ਬੀਜੇ ਰੋਡ ਜੰਮੇ ਜਾੜ, ਲੱਗੇ ਨਿੰਬੂ ਖਿੜੇ ਅਨਾਰ। ਔਖਾ ਹੈ ਕੰਮ, ਪਰ ਸੁਣਦੇ ਰਹੇ ਪਹਿਲਾਂ ਤੋਂ, ਪਰ ਹੁਣ ਚੇਤਾ ਭੁੱਲਿਆ। ਇਹਦਾ ਮਤਲਬ ਕਿ ਨਾ ਸਾਡੀ ਪੰਜਾਬੀ ਤੋਂ ਮਿੱਟੀ ਪਿਓ ਹੈਗੀ ਆ। ਸਹੀ ਗੱਲ ਆ, ਬਦਲੀ ਆ ਰਹੀ ਹੈ। ਕਿੱਦਾਂ ਲੱਗਿਆ ਜੀ ਗੱਲ ਕਰਕੇ? ਬਹੁਤ ਵਧੀਆ ਲੱਗਾ ਜੀ। ਸੋ ਤੁਹਾਨੂੰ ਲੱਗਦਾ ਕਿ ਅਸੀਂ ਇਸ ਸ਼ੋਅ ਦੇ ਰਾਹੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਸਕਦੇ ਹਾਂ? ਪੂਰਾ ਪੂਰਾ ਜੀ, ਬਹੁਤ ਧੰਨਵਾਦ। ਸਿੱਖ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਨੂੰ ਦੇਖਣਾ ਚਾਹੀਦਾ, ਜਿਹੜੀ ਜਨਰੇਸ਼ਨ ਯੰਗ ਉਹਨੂੰ ਤਾਂ ਜ਼ਿਆਦਾ ਦੇਖਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ, ਖਾਲਸਾ ਫਤਿਹ ਜੀ।